वाहिगुरु जी का खालसा, वाहिगुरु जी की फतेह। भैने रखड़ी दियाँ सारे नू मुबारक, रखड़ी दियाँ, रखड़ी दे मिल रहे हैं आपा काफ़ी टाइम बाद, सारे तो बाद तकरीबन आपा रखड़ी दे मिल रहे हैं। सीधा हंसी आ गई बीबी देख के, चलो कितने ही मिलिया जाता है ना जी टाइम नाल। हूँ फिर दुपट्टा सलवार देखो पोंचे बना के सलवार दे उपर वर्क कर बहुत प्यारा सूट बनया है। जॉर्जेट दे उपर रेडी होया है ये सूट, तुसी जिन्ने मर्जी बनवा सकते हो, बट दुपट्टा सेम मिलेगा या नहीं वो उस गल की मैं गरंटी नहीं लैंदी हैगी। आ देखो ऑर्गेंजा लगा के इहदे ते वर्क कीता होया ते गल ते एंड गले दे उपर वर्क एंड बाजू दे उपर ऑर्गेंजा लगा के वर्क कीता होया। बहुत प्यारा बहुत सोहना सूट बनया है, बहुत प्यारा। ते आ इहदा दुपट्टा, ये जूट जी वांग दुपट्टे आंदे ने, बहुत सोहने हुंदे ने, पर हो सकता मिल जाए हो सकता ना मिले, है ना, क्योंकि गर्मियों का स्टफ आ सर्दियों च मिलेगा पता नहीं नहीं मिलेगा, है ना। देखो इधर डिजाइनर लुक के इस तरह दुपट्टा है, फोर साइड अपने लेस की फिनिशिंग मिले, बहुत प्यारा सूट बनया है। तो ये सलवार के पौचे के उपर आप इस तरह वर्क किया और गेंदा लगा के सूट हो गया। ਤੇ ਨੈਕਸਟ ਰਾਣੀ ਭੈਣ ਸੰਧਾਰਾ ਲੈ ਕੇ ਆਏ ਸੀ, ਉਹਨਾਂ ਨੂੰ ਆ ਸੂਟ ਰੈਡੀ ਕਰਵਾ ਕੇ ਸੰਧਾਰਾ ਨਹੀਂ ਰੱਖੜੀ ਸੰਧਾਰਾ ਸੌਰੀ ਰੱਖੜੀ ਮੈਂ ਸੋਚ ਰਹੀ ਹਾਂ ਸੰਧਾਰਾ ਹੋਰ ਕੇ ਕਿਵੇਂ ਆ ਗਿਆ। ਲਓ ਜੀ ਆ ਦੇਖੋ ਮਜ਼ੈਂਟਾ ਕਲਰ ਦੀ ਸਲਵਾਰ ਤੇ ਸਾਡੇ ਤਾਂ ਗੂੜੇ ਗੂੜੇ ਹੀ ਪਾਉਂਦੇ ਨੇ ਰੰਗ ਭਾਈ, ਸਲਵਾਰ ਤਾਂ ਹੀ ਤਾਂ ਗੂੜਾ ਹੀ ਲੈ ਕੇ ਦਿੱਤਾ। ਸਲਵਾਰ ਤੇ ਇਸ ਤਰ੍ਹਾਂ ਵਰਕ ਹੈ, ਤੁਸੀਂ ਇਹਨਾਂ ਨੂੰ ਵੇਅਰ ਕਰਕੇ ਵੀ ਦਿਖਾ ਦਿਓ, ਠੀਕ ਹੈ। ਤੇ ਸਲਵਾਰ ਤੇ ਇਸ ਤਰ੍ਹਾਂ ਵਰਕ ਹੈ, ਇਹ ਦੁਪੱਟਾ, ਹਾਂ ਇਹ ਦੁਪੱਟਾ ਫਿਰ ਤੁਸੀਂ ਹੁੰਦਾ ਦੁਪੱਟਾ ਫੋਰ ਸਾਈਡ पोटली बटन लगाते एंड बाजू दे उपर सादा रंग पहने, हाँ फुल अच्छा चलो शुक्र हाँ फिर भी सलवार है प्योर चुनौत डिजाइनर सेम नहीं मिलने
ਤੇ ਮਿਲਦੇ ਜੁਲਦੇ ਜੇ ਤੁਸੀਂ ਕਹੋਗੇ ਵੀ ਰਾਵੀਰ ਆਪਣੀ ਪਸੰਦ ਦੇ ਲੈ ਕੇ ਬਣਾ ਦੇ ਸਲਵਾਰ ਆ ਸਲਵਾਰ ਵਰਕ ਆ ਕ੍ਰੇਪ ਦੀ ਸਲਵਾਰ ਆ ਆ ਦੇਖੋ ਤੇ ਆ ਇਹਦੀ ਸ਼ਰਟ ਆ ਸ਼ਰਟ ਬਹੁਤ ਸੋਹਣੀ ਬਣੀ ਹੋਈ ਹੈ ਸਲਵਾਰ ਵੀ ਬਹੁਤ ਸੋਹਣੀ ਬਣੀ ਹੋਈ ਹੈ ਕ੍ਰੇਪ ਦੀ ਸਲਵਾਰ ਐਂਡ ਸ਼ਰਟ ਸ਼ੇਡ ਦੇ ਉੱਪਰ ਨੀਚੇ ਮਰਜ਼ੀ ਲਗਾਈ ਆ ਪਰਪਲ ਸ਼ੇਡ ਦੀ ਆਹ ਵਰਕ ਐਂਡ ਆਹ ਗਲੇ ਦੇ ਉੱਪਰ ਵਰਕ ਐਂਡ ਆਹ ਬਾਜੂ ਵਰਕ ਇਹ ਜੋਰਜੈਟ ਦਾ ਸੂਟ ਆ ਤੇ ਨੈਕਸਟ ਸੂਟ ਆ ਵੀ ਆਹ ਮੇਰੇ ਕੋਲ ਇੱਕ ਅਵੇਲੇਬਲ ਹੈਗਾ ਸੀ ਸ਼ਾਇਦ ਸ਼ਾਇਦ ਨਾ ਮਿਲੇ ਹੁਣ ਮੈਂ ਸ਼ੋਰ ਨਹੀਂ ਹੈਗੀ ਕਿ ਮਿਲੇਗਾ ਜਾਂ ਨਹੀਂ ਮਿਲੇਗਾ ਇਹ ਬਹੁਤ ਜ਼ਿਆਦਾ ਫੇਮਸ ਹੋਏ ਸੀ ਆਪਣੇ ਸੂਟ ਆ ਦੇਖੋ ਇਹਦੇ ਗਲੇ ਦੇ ਉੱਪਰ ਵਰਕ ਤੇ ਬਾਜੂ ਬਾਜੂ ਦੇਖੋ ਤੇ ਆ ਸਲਵਾਰ ਉਧਰ ਦੇਖੋ ਬਾਜੂ ਤੇ ਆ ਸਲਵਾਰ ਵਰਕ ਦੇਖੋ ਪੌਂਚੇ ਬਣਾ ਕੇ ਉੱਪਰ ਸਲਵਾਰ ਵਰਕ ਇਹਨਾਂ ਨੇ ਕਿਹਾ ਸੀ ਸਪੈਸ਼ਲੀ ਕਿ ਮੇਰੇ ਪੌਂਚੇ ਬਣਾ ਕੇ ਫੇਰ ਵਰਕ ਕਰ ਹਾਂ ਹਾਂ ਨਹੀਂ ਬਹੁਤ ਵਧੀਆ ਡਿਜ਼ਾਈਨਰ ਜਿਹਾ ਇਹਦੇ ਨਾਲ ਦੁਪੱਟਾ ਹੈ ਹਾਂ ਸੋਰੀ ਲਓ ਜੀ ਡਿਜ਼ਾਈਨਰ ਜਿਹਾ ਦੁਪੱਟਾ ਇਹ ਮਸਲੀਨ ਦਾ ਸੂਟ ਹੈਗਾ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਆ ਤੇ ਜੇ ਇਹ ਮੰਗਵਾਉਣਾ ਹੋਇਆ ਆਰਡਰ ਤੇ ਬਣ ਜਾਏਗਾ ਬਟ ਟਾਈਮ ਲੱਗ ਜਾਏਗਾ ਕਾਫੀ ਜ਼ਿਆਦਾ ਹੈ ਨਾ ਟਾਈਮ ਲੱਗ ਜਾਏਗਾ ਤੁਹਾਨੂੰ ਤੇ ਆਹ ਸੂਟ ਆ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਇਹ ਵੀ ਕੋਈ ਵੀ ਸੇਮ ਨਹੀਂ ਤੁਹਾਨੂੰ ਮਿਲੇਗਾ ਜਿੱਦਾਂ ਤੁਹਾਨੂੰ ਆਪਾਂ ਵੈਸੇ ਦਿਖਾਤੇ ਚਲੋ ਹੈ ਨਾ ਭੈਣ ਭੈਣ ਰੱਖਣੀਆਂ ਲੈ ਕੇ ਆਏ ਸੀ ਮੈਂ ਚਲੋ ਵੀਡੀਓ ਇਹ ਕਹਿੰਦੇ ਵੀਡੀਓ ਬਣਾ ਲੈਂਦੇ ਮੈਂ ਚਲੋ ਬਣਾ ਲੈਂਦੇ ਹਾਂ ਇਹ ਜਾਣੇ ਸੀਗੇ ਸੂਟ ਆ ਦੇਖੋ ਬਾਜੂ ਵਰਕ ਗਲੇ ਦੇ ਉੱਤੇ ਆਪਾਂ ਨੇ ਇੱਦਾਂ ਡਿਜ਼ਾਈਨ ਕਰਤਾ ਆ ਘੇਰੇ ਦੇ ਉੱਪਰ ਵਰਕ ਅਤੇ ਆ ਇਹਦੀ ਸਲਵਾਰ ਹੈਗੀ ਆ ਸਲਵਾਰ ਆਪਾਂ ਨੇ ਇਹ ਪੌਂਚਿਆਂ ਦੀ ਬਣਾ ਕੇ ਫਿਰ ਆਪਾਂ ਨੇ ਵਰਕ ਕੀਤਾ ਹੋਇਆ ਅਤੇ ਆ ਇਹਦਾ ਦੁਪੱਟਾ ਟਾਈ ਐਂਡ ਡਾਈ ਦਾ ਦੁਪੱਟਾ ਐਂਡ ਫੋਰ ਸਾਈਡ ਲੇਸ ਦੀ ਫਿਨਿਸ਼ਿੰਗ ਹੈ ਲਓ ਜੀ ਆਹ ਸੂਟ ਆਪਣਾ ਬਹੁਤ ਜ਼ਿਆਦਾ ਫੇਮਸ ਹੋਇਆ ਸੀ ਬਹੁਤ ਹੀ ਜ਼ਿਆਦਾ ਅਤੇ ਹੁਣੇ ਕਿਸੇ ਨੇ ਔਫ ਵਾਈਟ ਕਲਰ ਦੇ ਉੱਪਰ ਰੈਡੀ ਕਰਵਾਇਆ ਜਦੋਂ ਇਹਦੀ ਸਟਿਚਿੰਗ ਹੋ ਗਈ ਆਪਾਂ ਉਦੋਂ ਵੀ ਦਿਖਾਵਾਂਗੇ ਬਟ ਹਲੇ ਵਰਕ ਹੋਇਆ ਕਲਰ ਹੈ ਨਾ ਵਰਕ ਬਹੁਤ ਵਧੀਆ ਬਹੁਤ ਜ਼ਿਆਦਾ ਬਹੁਤ ਸੋਹਣਾ ਸੂਟ ਬਣਿਆ ਹੋਇਆ ਆਹ ਦੇਖੋ ਆਹ ਸਲਵਾਰ ਦੇ ਪੌਂਚਿਆਂ 'ਤੇ ਆ ਸਲਵਾਰ ਆ ਗਈ ਜਿਹੜੀ ਮੈਂ ਦੇਖੋ ਸਲਵਾਰ ਦੇ ਪੌਂਚਿਆਂ 'ਤੇ ਨੇੜੇ ਤੋਂ ਵੀ ਤੁਹਾਨੂੰ ਮੈਂ ਵਰਕ ਦਿਖਾ ਦਿੰਦੀ ਹਾਂ ਔਫ ਵਾਈਟ 'ਤੇ ਵੀ ਬਹੁਤ ਪਿਆਰਾ ਲੱਗ ਰਿਹਾ ਅਤੇ ਲਓ ਜੀ ਆਹ ਇਹਦੀ ਹੈਗੀ ਆ ਸੂਟ ਦੀ ਬੈਕ ਔਰ ਫਰੰਟ ਦੋਨੋਂ ਕੱਢੇ ਹੋਏ ਨੇ ਆਹ ਦੇਖੋ ਆ ਘੇਰਾ ਆ ਗਿਆ ਅਤੇ ਆਹ ਇਹਦੀ ਬਾਜੂ ਆ ਗਈ ਆਹ ਬਾਜੂ ਅਤੇ ਆਹ ਸ਼ਰਟ ਦਾ ਫਰੰਟ ਆ ਗਿਆ ਬੈਕ ਆ ਗਈ ਆਹ ਵੀ ਗਿਆ ਬੈਕ ਲਓ ਜੀ ਆਹ ਇਹਦਾ ਫਰੰਟ ਆ ਗਿਆ ਉਹ ਪਹਿਲਾਂ ਜਿਹੜਾ ਦਿਖਾਇਆ ਸੀ ਉਹ ਇਹਦੀ ਬੈਕ ਸੀਗੀ ਫਰੰਟ 'ਤੇ ਇੱਦਾਂ ਵਰਕ ਦੇਖੋ ਬਹੁਤ ਜ਼ਿਆਦਾ ਬਹੁਤ ਹੀ ਪਿਆਰਾ ਸੋਹਣਾ ਸੂਟ ਲੱਗ ਰਿਹਾ ਔਫ ਵਾਈਟ 'ਤੇ ਵੀ ਆਪਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਬਣਵਾ ਸਕਦੇ ਹੋ ਇਹਨੂੰ ਚਾਹੇ ਸਾਲ ਤੱਕ 2 ਸਾਲ ਤੱਕ 6 ਮਹੀਨਿਆਂ ਤੱਕ ਜਿੰਨੇ ਵੀ ਔਰਡਰ ਦੇਣੇ ਨੇ ਤੁਸੀਂ ਦੇ ਸਕਦੇ ਹੋ ਠੀਕ ਹੈ ਜੀ ਇਹਦਾ ਦੁਪੱਟਾ ਦਿਖਾਉਂਦੇ ਹਾਂ ਔਰਗੈਂਜ਼ਾ ਦੇ ਉੱਪਰ ਬਣਿਆ ਹੋਇਆ ਔਰਗੈਂਜ਼ਾ ਦੇ ਉੱਪਰ ਬਹੁਤ ਹੀ ਪਿਆਰੀ ਲੁੱਕ ਆਉਂਦੀ ਹੈ ਜੇ ਚਲੋਨ 'ਤੇ ਬਣਾਉਣਾ ਚਲੋਨ 'ਤੇ ਵੀ ਬਣ ਜਾਏਗਾ ਪਰ ਔਰਗੈਂਜ਼ਾ ਦੇ ਉੱਪਰ ਬਹੁਤ ਸੋਹਣੀ ਲੁੱਕ ਆਉਂਦੀ ਆ ਦੇਖੋ ਔਰਗੈਂਜ਼ਾ ਦਾ ਦੁਪੱਟਾ ਹੋਰ ਸਾਈਡ ਇਹਦੇ ਵਰਕ ਹੋਇਆ ਹੋਇਆ ਕੰਸੂਰੀ ਵਰਕ ਬਹੁਤ ਜ਼ਿਆਦਾ ਫੇਮਸ ਹੋਇਆ ਇਹ ਆਪਣਾ ਸਾਰੇ ਕਲਰਾਂ ਦੇ ਉੱਪਰ ਕੰਸੂਰੀ ਹੋਈ ਵਰਕ ਵਧੀਆ ਲੱਗਦਾ ਹੈ ਹਾਂ ਬਹੁਤ ਪਿਆਰਾ ਸੂਟ ਹੈ ਜੀ ਇਹ ਤੁਸੀਂ ਕਿਸੇ ਟਾਈਮ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਲਓ ਜੀ ਹੋਰ ਤੁਹਾਨੂੰ ਸਾਡੀਆਂ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਸਾਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਹੁਣ ਅਸੀਂ ਤੁਹਾਨੂੰ ਹਲਾਕੀ ਸੈੱਟ ਕਰ ਦਈਏ ਫਿਰ ਰਲ ਪੈਣ ਲੈ ਕੇ ਜਾਣਾ ਪਤੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਲੈ ਬੀਬੀ ਹੁਣ ਦੱਸ ਲੈ ਦੱਸੋ ਬੀਬੀ ਕਹਿੰਦੇ ਵੀ ਤੁਸੀਂ ਹੁਣ ਕੀ ਗੱਲਾਂ ਕਰਦੇ ਹੋ ਇਹਨਾਂ ਦੀਆਂ ਇਹ ਤਾਂ ਸ਼ੁਰੂ ਤੋਂ ਸਟਾਰਟਿੰਗ ਤੋਂ ਹੀ ਇਹ ਬਾਗ ਦੀ ਕਢਾਈ ਚੱਲੀ ਆ ਰਹੀ ਹੈ ਅਤੇ ਇਹਦਾ ਰਿਵਾਜ਼ ਕਦੇ ਨਹੀਂ ਜਾਂਦਾ ਚਾਹੇ ਕੋਈ ਪੀੜ੍ਹੀ ਬਦਲ ਜੇ ਚਾਹੇ ਕੋਈ ਸਦੀ ਬਦਲ ਜੇ ਇਹ ਹਮੇਸ਼ਾ ਹੀ ਰਿਵਾਜ਼ ਰਹੂਗਾ ਕਿਉਂਕਿ ਸੋਹਣਾ ਹੀ ਇੰਨਾ ਲੱਗਦਾ ਇਹਦੇ ਵਿੱਚ ਆਪਾਂ ਕੋਈ ਵੀ ਕਲਰ ਪਵਾ ਸਕਦੇ ਹਾਂ ਤੇ ਕਲਰ ਵੀ ਪਵਾ ਸਕਦੇ ਹਾਂ ਕਲਰ ਦੇ ਉੱਪਰ ਕੱਪੜੇ ਵੀ ਕਿਸੇ ਵੀ ਕਲਰ ਦਾ ਯੂਜ਼ ਕਰ ਹਾਂ ਤੇ ਇਹ ਵੀ ਇਹ ਆਪਾਂ ਜਿਵੇਂ ਆਪਾਂ ਵੀ ਸੂਟ ਤੇ ਕਰਾਉਣਾ ਤਾਂ ਇਹਦੀ ਬੂਟੀ ਛੋਟੀ ਕਰ ਸਕਦੇ ਹਾਂ ਇਹਨੂੰ ਛੋਟਾ
ਬਣਾ ਸਕਦੇ ਹਾਂ, ਸੂਟ ਵੀ ਅਸੀਂ ਤਿਆਰ ਕਰਾਂਗੇ ਤੇ ਬੈੱਡ ਸ਼ੀਟ ਵੀ ਤਿਆਰ ਕਰਾਂਗੇ। ਇਹ ਤੁਸੀਂ ਜੇ ਕਿਸੇ ਨੇ ਆਰਡਰ ਕਰਨਾ ਤਾਂ ਕਰ ਸਕਦੇ ਹੋ। 6 ਗੱਦੀਆਂ ਇਹ ਰਾਣੀ ਭੈਣ ਨੂੰ ਆਪਾਂ ਨੇ ਦੇਣੀਆਂ ਨੇ ਕੁਸ਼ਨ ਕਵਰ, ਹਨਾ, ਤੇ ਬਾਕੀ ਕਲਰ ਵੀ ਚੋਇਸ ਦਾ ਕਰ ਸਕਦੇ ਨੇ, ਕਲਰ ਵੀ ਹੋਰ ਚੋਇਸ ਦਾ ਜੇ ਕਿਸੇ ਨੇ ਮਸਟਰਡ ਕਲਰ ਦੇ ਉੱਪਰ ਕਰਾਉਣਾ ਕੱਪੜਾ ਉਹ ਕੋਈ ਵੀ, ਹਾਂ ਤੇ ਕਲਰ ਅਸੀਂ ਆਪਣੀ ਪਸੰਦ ਦੇ ਚੂਜ਼ ਕਰ ਲਾਂਗੇ ਵੀ ਉਹਦੇ ਤੇ ਕਿਹੜਾ ਕਲਰ ਵਧੀਆ ਲੱਗੇਗਾ। ਵਾਈਟ ਕਲਰ ਤੇ ਵੀ ਕਰਾ ਸਕਦੇ ਹੋ, ਜੋ ਵੀ ਤੁਹਾਡਾ ਬਲੈਕ ਤੇ ਵੀ ਕਰਾ ਸਕਦੇ ਹੋ, ਜਿਹੜਾ ਵੀ ਕਲਰ ਤੁਹਾਡਾ ਫੇਵਰੇਟ ਹੈਗਾ ਹਨਾ ਉਹਦੇ ਤੇ ਤੁਸੀਂ ਬਣਵਾ ਸਕਦੇ ਹੋ। ਤੇ ਡਿਫਰੈਂਟ ਜਿਹਾ ਹੋ ਗਿਆ, ਜਾਣੀ ਕਿ ਮੈਨੂੰ ਬਹੁਤ ਵਧੀਆ ਲੱਗਿਆ, ਅਲੱਗ ਜਿਹਾ ਡਿਜ਼ਾਈਨ ਹੈਗਾ, ਬਹੁਤ ਪਿਆਰਾ, ਬਹੁਤ ਸੋਹਣਾ ਬਣਿਆ ਹੈ।